ਹਾਂਜੀ ਨੌਵੀਂ ਕਲਾਸ ਦੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਕਲਾਸ ਛੜੀ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਡਾ ਕੱਲ ਨੂੰ ਪੇਪਰ ਹੋਣਾ ਜਮਾਤ ਨੌਵੀਂ ਦਾ ਕੰਪਿਊਟਰ ਸਾਇੰਸ ਦਾ ਸਤੰਬਰ ਪ੍ਰੀਖਿਆ ਬਦਲੇ ਉਸ ਪੇਪਰ ਦੀ ਆਪਾਂ ਤਿਆਰੀ ਕਰਵਾਵਾਂਗੇ ਅਤੇ ਜਿਹੜਾ ਇਹ ਪੇਪਰ ਆਗਾ ਤੁਹਾਨੂੰ ਦੋਨੇ ਮੀਡੀਅਮ ਦੇ ਵਿੱਚ ਮਿਲੇਗਾ ਪੰਜਾਬੀ ਦੇ ਵਿੱਚ ਵੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਪਹਿਲਾਂ ਆਪਾਂ ਪੰਜਾਬੀ ਮੀਡੀਅਮ ਦੇ ਵਿੱਚ ਸੋਲਵ ਕਰਾਂਗੇ ਤੇ ਵੀਡੀਓ ਦੇ ਲਾਸਟ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇੰਗਲਿਸ਼ ਮੀਡੀਅਮ ਦੇ ਵਿੱਚ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹ ਬਰਬਾਦ ਦੇਵੇ ਹੋ ਸਕਦਾ ਹੈ ਕਿ ਇਸ ਵਿੱਚ ਤੁਹਾਨੂੰ ਕਾਫੀ ਕੁਐਸਚਨ ਆਉਣ ਤਾਂ ਕਰਕੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਜੇਕਰ ਤੁਹਾਨੂੰ ਇਹ ਪੇਪਰ ਸਾਰੀ ਆ ਗਿਆ ਤਾਂ ਤੁਹਾਨੂੰ ਤੁਹਾਨੂੰ ਕੱਲ ਨੂੰ ਪਸਤੌਣੀ ਪਊਗਾ ਕਿਉਂਕਿ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਪੇਪਰ ਪਾਏ ਨੇ ਕਿ ਉਹਨਾਂ ਵਿੱਚ ਵੀ ਕਾਫੀ ਜਿਹੜੇ ਕੁਐਸਚਨ ਹੁੰਦੇ ਨੇ ਤੁਹਾਨੂੰ ਆਉਂਦੇ ਹੁੰਦੇ ਨੇ ਕਈ ਪੇਪਰ ਸੀਗੇ ਜਿਹੜੇ ਉਹ ਤੁਹਾਨੂੰ ਸਾਰੀ ਉਹੀ ਰਿਪੀਟ ਹੋਗੇ ਤਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਪਹਿਲੀ ਵਾਰ ਆ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਸਭ ਤੋਂ ਪਹਿਲਾਂ ਆਊਗਾ ਤੁਹਾਨੂੰ ਭਾਗ ੳ ਦਾ ਭ ਪੂਰੇ ਨਾਮ ਕਰਨੀ ਹੋਣਗੇ ਸਹੀ ਗਲਤ ਹੋਣਗੇ ਚਲੋ ਆਪਾਂ ਪਹਿਲਾਂ ਪੰਜਾਬੀ ਮੀਡੀਆ ਦੇ ਵਿੱਚ ਸੋਲਵ ਕਰਦੇ ਆਂ ਪਹਿਲਾ ਪ੍ਰਸ਼ਨ ਹੈਗਾ ਵਰਕਸ਼ੀਟ ਵਿੱਚ ਕਿਹੜੇ ਕਿਹੜੇ ਹਾਂਜੀ ਆਬਜੈਕਟਸ ਸ਼ਾਮਿਲ ਕੀਤੇ ਜਾਂਦੇ ਹਨ ਕਿਹੜੇ ਕਿਹੜੇ ਜਿਹੜੇ ਆਬਜੈਕਟਸ ਸ਼ਾਮਿਲ ਕੀਤੇ ਜਾਂਦੇ ਨੇਗੇ ਜਿਹੜੀ ਵਰਕਸ਼ੀਟ ਹੁੰਦੀ ਹੈਗੀ ਤਾਂ ਵਰਕਸ਼ੀਟ ਦੇ ਵਿੱਚ ਸੈੱਲ ਵੀ ਕੀਤੇ ਜਾਂਦੇ ਨੇ ਚਾਰਟ ਵੀ ਕੀਤੇ ਜਾਂਦੇ ਨੇ ਰੇਸ ਵੀ ਕੀਤੀ ਜਾਂਦੀਆਂ ਨੇ ਤਾਂ ਕਰਕੇ ਇਸ ਦੀ ਜਿਹੜੀ ਆਪਸ਼ਨ ਹੈਗੀ ਉਹ ਸੱਸਾ ਆਗੇ ਮਤਲਬ ਉਪਰੋਕਤ ਸਾਰੇ ਦੂਜਾ ਹੈਗਾ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਅਨਾਰਧਿਕ ਕਾਰਤ ਰਿਪੋਰਟ ਰਿਮੋਟ ਐਕਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ ਇਹ ਕਿਸ ਕਿਸ ਕਿਸਮ ਦਾ ਮਾਲਵੇਅਰ ਹੈਗਾ ਉਹ ਦੱਸਣਾ ਆਪਾਂ ਨੇ ਪਹਿਲਾ ਹੈਗਾ ਜਾਂ ਦੂਜਾ ਜਾਂ ਤੀਜਾ ਜਾਂ ਚੌਥਾ ਹੈਗਾ ਤਾਂ ਉਹ ਇਹਨਾਂ ਦੇ ਵਿੱਚ ਹੋਏਗਾ ਤਰੰਜਨ ਮਤਲਬ ਐਡ ਆਪਸ਼ਨ ਹੈਗੀ ਇਹ ਨੋਟ ਕਰ ਲੈਣਾ ਤੀਜਾ ਹੈਗਾ ਹਰ ਇੱਕ ਨਵੀਂ ਬਣੀ ਫਾਈਲ ਲਈ ਵਰਕ ਬੁੱਕ ਵਿੱਚ ਪਹਿਲਾਂ ਤੋਂ ਬਣੀਆਂ ਡੈਸ਼ ਵਰਕਸ਼ੀਟਾਂ ਹੁੰਦੀਆਂ ਹਨ ਤਗੀ ਪਹਿਲੀਆਂ ਕਿਹੜੀਆਂ ਕਿੰਨੀਆਂ ਉਸ ਦੇ ਵਿੱਚ ਜਿਹੜੀਆਂ ਵਰਕਸ਼ੀਟਾਂ ਹੁੰਦੀਆਂ ਨੇ ਜਾਂ ਵਰਕਬੁੱਕ ਦੇ ਵਿੱਚ ਤਾਂ ਉਹ ਹੁੰਦੀਆਂ ਨੇ ਤਿੰਨਾ ਮਤਲਬ ਸਸਾ ਆਪਸ਼ਨ ਹੈਗਾ ਅਗਲਾ ਆਪਣੇ ਕੋਲੇ ਹੈਗਾ Gmail Gmail ਤੁਹਾਨੂੰ ਪਤਾ ਹੀ ਹੋਊਗਾ ਤੁਸੀਂ ਵਰਤਦੇ ਹੋਮੋਗੇ ਇੱਕ ਮੁਫਤ ਈਮੇਲ ਸੇਵਾ ਹੈ ਪਰ ਅੱਜ ਕੱਲ ਨੇ ਜਿਹੜੇ ਲੋਕ ਹੈ ਜਿੱਦਾਂ WhatsApp ਯੂਜ਼ ਕਰਨ ਲੱਗੇ ਪਰ ਪੁਰਾਣੀ ਸਮੇਂ ਦੇ ਵਿੱਚ ਜਿਹੜਾ Gmail ਨੂੰ ਜਿਹੜਾ ਬਹੁਤ ਹੀ ਜ਼ਰੂਰਤ ਦਿੱਤੀ ਜਾਂਦੀ ਸੀ ਜਦੋਂ ਇਹ ਲਾਂਚ ਹੋਇਆ ਸੀਗਾ ਠੀਕ ਹੈ ਜੀ ਉਹਨੂੰ ਦਿੱਤੀ ਜਾਂਦੀ ਸੀ ਕਿਉਂਕਿ ਉਦੋਂ ਜਿਹੜੇ WhatsApp ਵਗੈਰਾ ਇੰਨੀ ਯੂਜ਼ ਨਹੀਂ ਕੀਤੀ ਜਾਂਦੀ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਵੀ ਬਿਜ਼ਨਸ ਯੂਜ਼ ਦੇ ਲਈ Gmail ਵਰਤੀ ਜਾਂਦੀ ਹੈਗੀ ਤਾਂ Gmail ਇੱਕ ਮੁਫਤ ਈਮੇਲ ਸੇਵਾ ਹੈ ਇਹ ਦੈਸ਼ ਦੁਆਰਾ ਪ੍ਰਦਾਨ ਕੀਤੀ ਗਈ ਹੈ ਇਸੇ ਕੀਦੇ ਦੁਆਰਾ ਪ੍ਰਦਾਨ ਕੀਤੀ ਗਈ ਆ ਉਹ ਕੀਤੀ ਗਈ ਹੈ Google ਦੇ ਦੁਆਰਾ ਇਹ Google ਦੀ ਇੱਕ ਐਪ ਆ ਅੱਗੇ ਜਿਹੜਾ YouTube ਆ ਇਹ ਵੀ Google ਦਾ ਹੈ ਇਹ ਵੀ Google ਦੇ ਦੁਆਰਾ ਵਰਦਾਨ ਕੀਤਾ ਗਿਆਗਾ ਇਸ ਤੋਂ ਬਾਅਦ ਅਗਲਾ ਹੈਗਾ ਇੱਕ ਸੈੱਲ ਡੈਸ਼ ਅਤੇ ਡੈਸ਼ ਦਾ ਕਾਰਟ ਖੇਤਰ ਹੁੰਦਾ ਹੈ ਕਿਸ ਕਿਸ ਦਾ ਕਾਰਟ ਖੇਤਰ ਹੁੰਦਾ ਉਹ ਹੁੰਦਾ ਰੋ ਅਤੇ ਕਾਲਮ ਦਾ ਮਤਲਬ ਉਹਦਾ ਆਪਸ਼ਨ ਹੈ ਸੇਮ ਹੈਗਾ ਐਮ ਐਸ ਐਕਸਲ ਵਿੱਚ ਫਿਲ ਹੈਂਡਲ ਲਈ ਵਰਤੀਆਂ ਜਾਂਦਾ ਹੈ ਫਿਲ ਹੈਂਡਲ ਦੇ ਲਈ ਇਹਨਾਂ ਦੇ ਵਿੱਚ ਕੀ ਵਰਤਿਆ ਜਾਂਦਾਗਾ ਉਹ ਆਪਾਂ ਦੱਸਣਾਗਾ ਮਤਲਬ ਸਹੀ ਮੇ ਦਾ ਆਪਾਂ ਨੇ ਆਨਸਰ ਹੈਗਾ ਜਿਹੜਾ ਉਹ ਆਊਗਾ ਸੈੱਲ ਕੰਟੈਂਟ ਨੂੰ ਕਾਪੀ ਕਰਨ ਲਈ ਨੰਬਰ ਸੀਰੀਜ਼ ਭਰਨ ਲਈ ਕਸਟਮਰ ਸੀਰੀਜ਼ ਭਰਨ ਲਈ ਇਹ ਸਾਰੀ ਨੇ ਤਾਂ ਕਰਕੇ ਇਸ ਦਾ ਗਿਆ ਸਸਾ ਆਪਸ਼ਨ ਉਪਰਕਤ ਸਾਰੇ ਸੱਤ ਮਹੀਨਾ ਹੈਗਾ ਵਰਕਬੁੱਕ ਡੈਸ਼ ਦਾ ਕੱਟ ਹੁੰਦਾ ਹੈ ਜਿਹੜਾ ਵਰਕਬੁੱਕ ਹੁੰਦਾਗਾ ਉਹ ਕਿਸ ਦਾ ਇਕੱਠ ਹੁੰਦਾ ਉਹ ਹੁੰਦਾਗਾ ਵਰਕਸ਼ੀਟ ਦਾ ਮਤਲਬ ਤੁਹਾਡਾ ਸੱਤ ਮੇ ਦਾ ਆਨਸਰ ਆਊਗਾ ਜਿਹੜਾ ਹੋਗਾ ਕੋਸਾ ਆਪਸ਼ਨ 8 ਮਹੀਨਾ ਹੈਗਾ ਕੰਪਿਊਟਿੰਗ ਵਿੱਚ ਡੈਸ਼ ਇੱਕ ਕਿਸਮ ਦਾ ਟੈਸਟ ਹੈ ਜੋ ਕਿ ਇਹ ਨਿਰਧਾਰਿਤ ਕਰਨ ਲਈ ਵਰਤੇ ਜਾਂਦਾ ਹੈ ਕਿ ਵੈਬ ਪੇਜ ਦੀ ਵਰਤੋਂ ਕਰਨ ਵਾਲਾ ਮਨੁੱਖ ਹੈ ਜਾਂ ਨਹੀਂ ਠੀਕ ਹੈ ਜਦੋਂ ਵੀ ਤੁਸੀਂ ਕੋਈ WhatsApp ਸੌਰੀ ਜਦੋਂ ਵੀ ਕੋਈ ਤੁਸੀਂ ਲਿੰਕ ਓਪਨ ਕਰਦੇ ਹੋਗੇ ਜਾਂ ਵੈਬਸਾਈਟ ਓਪਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਉੱਥੇ ਆਉਂਦਾ ਹੁੰਦਾ ਇੱਕ ਕੈਪਚਾ ਵੀ ਨਾ ਕੈਪਚਾ ਫਿਲ ਕਰੋ ਕੈਪਚਾ ਕੋਡ ਤਾਂ ਉਹ ਕੈਪਚਾ ਕੋਡ ਭਰਨਾ ਹੁੰਦਾ ਤੁਸੀਂ ਨੇ ਤਾਂ ਉਸ ਤੋਂ ਕੀ ਪਤਾ ਲੱਗਦਾ ਕਿ ਇਹ ਮਨੁੱਖਾ ਹੈਗਾ ਜੇਕਰ ਤੁਸੀਂ ਕੈਪਚਾ ਸਹੀ ਭਰ ਦਿੱਤਾ ਤਾਂ ਮਨੁੱਖ ਹੈਗਾ ਮਤਲਬ ਜੇਕਰ ਕਈ ਕਈ ਵਾਰ ਹੁੰਦਾ ਕਿ ਜਿਹੜਾ ਆਪਣਾ ਜਿਹੜਾ ਕੰਪਿਊਟਰ ਵਗੈਰਾ ਵੈਬਸਾਈਟ ਵਗੈਰਾ ਹੈਕ ਹੋ ਜਾਂਦੀ ਆ ਪਰ ਜਿਹੜਾ ਕੈਪਚਾ ਦੇ ਨਾਲ ਉਹ ਹੈਕ ਹੋਣ ਤੋਂ ਬਚ ਜਾਂਦੀ ਆ ਤਾਂ ਕਰਕੇ ਉਹ ਕੈਪਚਾ ਕੋਡ ਹੁੰਦਾ ਠੀਕ ਹੈ ਜੀ ਬੀ ਆਪਸ਼ਨ ਹੈਗੀ ਨੋਟ ਕਰ ਲਓ ਇਸ ਅਨਸਰ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਨੋਮਾ MS Excel ਵਿੱਚ ਕੋਈ ਨਵੀਂ ਬਣੀ ਪਹਿਲਾਂ ਬਣੀ ਸੋਰੀ ਪਹਿਲਾਂ ਬਣੀ ਫਾਈਲ ਨੂੰ ਖੋਲਣ ਦੇ ਲਈ ਸ਼ਾਰਟਕਟ ਕੀ ਕਿਹੜੀ ਹੁੰਦੀ ਆ ਇੱਕ Ctrl O ਠੀਕ ਹੈ ਜੀ Ctrl ਪ੍ਰੈਸ ਕਰਨਾ ਆਪਣੇ ਕੀਬੋਰਡ ਤੇ ਤੇ O ਕਰਨਾ ਉਸ ਦੇ ਨਾਲ ਇਹ ਖੁੱਲੀ ਜਾਊਗੀ ਆਪਣੀ ਪਹਿਲਾਂ ਬਣੀ ਫਾਈਲ 10ਵਾਂ ਗਾ MS Excel ਵਿੱਚ ਉਹ ਫਾਈਲ ਨੂੰ ਸੇਵਾ ਸੇਵ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਹੈ ਸ਼ਾਰਟਕਟ ਕੀ ਹੈ ਕਿ ਉਹ Ctrl S ਠੀਕ ਹੈ ਇਹ ਸ਼ਾਰਟਕਟ ਕੀ ਆ ਸੇਵ ਕਰਨ ਦੇ ਲਈ ਇਹ ਤੁਹਾਡਾ ਆਨਸਰ ਹੈ ਨੈਕਸਟ ਹੈਗੇ ਨੇ ਆਪਣੇ ਕੋਲੇ ਇਹ ਆਪਣੇ ਫੁੱਲ ਫਾਰਮਸ ਦੱਸਣੀਆਂ ਇਹਨਾਂ ਦੀਆਂ ਲ ਐਨ ਦਾ ਪੂਰਾ ਨਾਮ ਮੈਨ ਦਾ ਪੂਰਾ ਨਾਮ ਬੈਨ ਦਾ ਪੂਰਾ ਨਾਮ ਪੈਨ ਦਾ ਪੂਰਾ ਨਾਮ ਅਤੇ ਐਨ ਆਈ ਸੀ ਦਾ ਪੂਰਾ ਨਾਮ ਚਲੋ ਆਪਾਂ ਇਹਨਾਂ ਦੇ ਜਿਹੜੇ ਪੂਰੇ ਨਾਮ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਪੂਰਾ ਨਾਮ ਜਿਵੇਂ ਕਿ LAN ਦਾ ਪੂਰਾ ਨਾਮ ਹੈਗਾ ਲੋਕਲ ਏਰੀਆ ਨੈਟਵਰਕ ਤੁਸੀਂ ਪੰਜਾਬੀ ਮੀਡੀਅਮ ਵਾਲੇ ਵੀ ਇਸ ਤਰ੍ਹਾਂ ਹੀ ਲਿਖ ਸਕਦੇ ਹੋਗੇ ਇੰਗਲਿਸ਼ ਦੇ ਵਿੱਚ ਮੈਨ ਦਾ ਹੈਗਾ ਮੈਟਰੋਪੋਲੀਟਿਕ ਏਰੀਆ ਨੈਟਵਰਕ ਠੀਕ ਹੈ ਜੀ ਵੈਨ ਦਾ ਹੈਗਾ ਵਾਈਡ ਏਰੀਆ ਨੈਟਵਰਕ ਪੈਨ ਦਾ ਹੈਗਾ ਪਰਸਨਲ ਏਰੀਆ ਨੈਟਵਰਕ ਠੀਕ ਹੈ ਜੀ NIC ਦਾ ਹੈਗਾ ਨੈਟਵਰਕ ਇੰਟਰਫੇਸ ਕਾਰਡ ਠੀਕ ਹੈ ਜਿਹੜੇ ਇਹ ਨਹੀਂਗੇ ਇਹ ਅਕੋਰਡਿੰਗ ਟੂ ਕੰਪਿਊਟਰ ਨੇਗੇ ਵੈਸਤਾ ਪੈਨ ਜਿਹੜਾ ਹੁੰਦਾ ਪੈਨ ਕਾਰਡ ਹੁੰਦਾ ਆਪਣਾ ਪੈਨ ਤਾਂ ਪੈਨ ਕਾਰਡ ਦੇ ਵਿੱਚ ਪਰਸਨ ਜਿਹੜੀ ਹੁੰਦੀ ਹੈ ਫੁੱਲ ਫਾਰਮ ਹੁੰਦੀ ਹੈ ਕਿ ਪਰਸਨਲ ਅਕਾਊਂਟ ਨੰਬਰ ਪਰ ਇਸ ਦੇ ਵਿੱਚ ਪਰਸਨਲ ਏਰੀਆ ਨੈਟਵਰਕ ਹੈ ਕਿਉਂਕਿ ਇਹ ਕੰਪਿਊਟਰ ਦਾ ਤਾਂ ਕਰਕੇ ਕੰਪਿਊਟਰ ਵਾਲਿਆਂ ਤੁਸੀਂ ਨੇ ਫੁੱਲ ਫਾਰਮ ਕਰਨੀਆਂ ਨੇ ਇਹ ਤੁਸੀਂ ਨੇ ਇਸ ਦਾ ਆਨਸਰ ਹੈ ਜਿਹੜਾ ਉਹ ਨੋਟ ਕਰ ਦੇਣਾ ਹਾਂਜੀ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਨੀਚੇ ਤੁਸੀਂ ਦੇਖ ਸਕਦੇ ਹੋ ਸਹੀ ਜਾਂ ਗਲਤ ਵਾਲੇ ਪਹਿਲਾ ਪ੍ਰਸ਼ਨ ਹੈਗਾ ਕੀਬੋਰਡ ਤੋਂ ਸੀਟੀ ਆਰ ਐਲ ਅਤੇ ਡੈਸ਼ ਕੀ ਦੀ ਵਰਤੋਂ ਕਰਕੇ ਨਵਾਂ ਸੈੱਲ ਰੋ ਜਾਂ ਕਲਮ ਦਖਲ ਕੀਤਾ ਜਾ ਸਕਦਾ ਹੈ ਤਾਂ ਇਹ ਜਿਹੜਾ ਇਸ ਦਾ ਆਨਸਰ ਹੈਗਾ ਉਹ ਹੈਗਾ ਆਪਣਾ ਸਹੀ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ 17ਵਾਂ ਸਮ ਅਤੇ ਮਿੰਨ ਐਮ ਐਸ ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਹਨ ਹਾਂਜੀ ਬਿਲਕੁਲ ਸਹੀ ਹੈ ਇਹ ਕਿਸਮਾਂ ਦੀਆਂ ਇਸ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਨੇ ਅਗਲਾ ਹੈਗਾ ਫਾਰਮੈਟਿੰਗ অপਸ਼ਨ ਜਿਹੜਾ ਡਾਟਾ ਤੋਂ ਜਾਣਕਾਰੀ ਨੂੰ ਦਰਸਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ ਤਾਂ ਇਹ ਵੀ ਬਹੁਤ ਪ੍ਰਭਾਵਸ਼ਾਲੀ ਨੇ ਮਤਲਬ ਸਹੀ ਹੈ Google Drive ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰਨ ਦੇ ਲਈ ਆਗਿਆ ਨਹੀਂ ਦਿੰਦਾ ਇਹ ਗਲਤ ਹੈ ਮਤਲਬ Google Drive ਦੇ ਵਿੱਚ ਆਪਾਂ ਜਿਹੜੀਆਂ ਫਾਈਲਾਂ ਨੇ ਹੁੰਦੀਆਂ ਨੇ ਆਪਣੀਆਂ PDF ਫਾਈਲਾਂ ਨੇ ਜਾਂ ਹੋਰ ਫੋਟੋਆਂ ਵਗੈਰਾ ਨੇ ਉਹ ਆਪਾਂ ਸੇਵ ਕਰ ਸਕਦੇ ਹੁੰਨੇ ਆ ਤਾਂ ਇਹਨਾਂ ਨੇ ਇੱਥੇ ਨਹੀਂ ਲਿਖਿਆ ਵੇ ਤਾਂ ਕਰ ਗਲਤ ਆ ਗਿਆ ਇਹ ਇਸ ਤੋਂ ਬਾਅਦ ਬੀਮਾਗਾ Google Meet Google ਦੁਆਰਾ ਪ੍ਰਦਾਨ ਕੀਤਾ ਇੱਕ ਵੀਡੀਓ ਕਾਨਫਰੰਸ ਸੇਵਾ ਹੈ ਹਾਂਜੀ ਜਿਸ ਦੇ ਮੂਲੇ ਲੱਗ ਗਿਆ Google Google Drive ਠੀਕ ਹੈ ਜੀ Google Pay ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ Google ਦੀਆਂ ਨੇ ਤਾਂ ਕਰਕੇ ਇਸਦਾ ਆ ਗਿਆ ਆਪਣਾ ਸਹੀ ਇਹ ਤੁਹਾਡੇ ਸਹੀ ਜਾਂ ਗਲਤ ਵਾਲੇ ਸੀ ਇਸ ਤੋਂ ਬਾਅਦ ਆਪਣੇ ਕੋਲੇ ਆਉਣਗੇ ਤਿੰਨ ਤਿੰਨ ਅੰਕਾਂ ਵਾਲੇ ਪ੍ਰਸ਼ਨ ਜਿਹੜੇ ਕਿ ਭਾਗ ਐਡ ਦੇ ਵਿੱਚ ਨੇਗੇ ਤਾਂ ਇਹ ਆਪਣੇ ਕਰਨੀ ਹੋਣਗੇ ਚਲੋ ਮੈਂ ਸਾਰਿਆਂ ਤੁਹਾਨੂੰ ਇਕੱਠਿਆਂ ਦਾ ਅਨਸਰ ਦਿਖਾਉਂਗਾ ਪਹਿਲਾਂ ਆਪਾਂ ਇਕੱਲੇ ਇਕੱਲੇ ਕੁਐਸਚਨ ਪੜ੍ਹ ਲਈਏ ਠੀਕ ਹੈ ਜੀ ਜਿਵੇਂ ਕਿ ਪਹਿਲਾ ਹੈਗਾ ਕਿਸੇ ਵੀ ਚਾਰ ਨੈਟਵਰਕ ਟੋਪੋਲੋਜੀਆਂ ਦੇ ਨਾਮ ਲਿਖਣੇ ਨੇ ਚਲੋ ਆਪਾਂ ਇਕੱਲਾ ਕੁਐਸਚਨ ਪੜ੍ਹਦੇ ਹਾਂ ਤੇ ਉਸ ਤੋਂ ਬਾਅਦ ਇਕੱਲੇ ਦਾ ਆਪਾਂ ਅਨਸਰ ਦੇ ਦਿੰਦੇ ਹਾਂ ਹਾਂਜੀ ਚਾਰ ਨੈਟਵਰਕ ਟੋਪੋਲੋਜੀਆਂ ਦੇ ਨਾਮ ਦੱਸਣੇ ਨੇਗੇ ਚਲੋ ਆਪਾਂ ਇਸ ਦਾ ਜਿਹੜਾ ਅਨਸਰ ਉਹ ਦਿਖਾ ਦਿੰਨੇ ਆਂ ਦੇਖ ਸਕਦੇ ਤੁਸੀਂ ਚਾਰ ਨ ਟਾਰਟ ਵੈਲਿਊ ਜੀ ਮੈਸਟ ਟਪੈਲੋਜੀ ਟੀ ਟਪੈਲੋਜੀ ਹਾਈਬ੍ਰਿਡ ਟਪੈਲੋਜੀ ਇਹਨਾਂ ਨੇ ਚਾਰ ਕਿਹਾ ਸੀ ਮੈਂ ਤੁਹਾਨੂੰ ਇੰਨੇ ਦਿਖਾ ਦਿੱਤੇ ਅਸਤੇ ਜਿਵੇਂ ਕਿ ਅਸੀਂ ਦਿੱਤਾ ਹੋਇਆ ਟਪੈਲੋਜੀ ਆ ਕੀ ਟਪੈਲੋਜੀ ਦੀਆਂ ਕਿਸਮਾਂ ਨੇ ਆ ਨੀਚੇ ਬਸ ਰਿੰਗ ਸਟਾਰ ਮੈਸ ਟੀ ਹਾਈਬ੍ਰਿਡ ਇਹ ਜਿਹੜੇ ਕਿਸਮਾਂ ਨੇ ਸਿੱਧਾ ਆਨਸਰ ਨੋਟ ਕਰ ਦੇਣਾ ਪੜ ਲਓ ਇੱਕ ਵਾਰੀ ਪੜ ਕੇ ਤੁਹਾਡੇ ਯਾਦ ਹੋ ਜਾਣਗੇ ਇਹ ਅਗਲਾ ਹੈਗਾ ਆਪਣੇ ਕੋਲ ਦੂਜਾ ਹੱਬ ਉੱਪਰ ਇੱਕ ਨੋਟ ਲਿਖਣਾ ਤੀਜਾ ਹੈਗਾ ਈਮੇਲ ਦੀ ਪ੍ਰਭਾਸ਼ਾ ਦੇਣੀ ਆਪਾਂ ਨੇ ਚਲੋ ਆਪਾਂ ਇਹਨਾਂ ਦੀ ਤੁਹਾਨੂੰ ਆਨਸਰ ਨੇ ਜਿਹੜੇ ਉਹ ਦਿਖਾ ਦਿੰਨੇ ਆ ਹਾਂਜੀ ਹੱਬ ਦਾ ਆ ਗਿਆ ਹੱਬ ਹੱਬ ਇੱਕ ਹਾਰਡਵੇਅਰ ਡਿਵਾਈਸ ਹੈ ਇਸ ਇਹ ਡਿਵਾਈਸ ਕੰਪਿਊਟਰ ਨੈਟਵਰਕਾਂ ਵਿੱਚ ਵਰਤੇ ਜਾਂਦਾ ਹੈ ਇਸ ਦੀ ਵਰਤੋਂ ਸਟਾਰ ਟੋਪੋਲੋਜੀ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਕੀਤੀ ਜਾਂਦੀ ਹੈ ਸਧਾਰਨ ਰੂਪ ਵਿੱਚ ਇਹ ਵਿੱਚ ਹੱਬ ਇੱਕ ਔਟ ਤੋਂ ਡਾਟਾ ਪ੍ਰਾਪਤ ਕਰਦਾ ਹੈ ਅਤੇ ਫਿਰ ਇਸ ਡਾਟਾ ਨੂੰ ਡੁਪਲੀਕੇਟ ਕਰਕੇ ਬਾਕੀ ਸਮੂਹਾ ਪੋਰਟਾਂ ਉੱਪਰ ਉਪਲਬਧ ਕਰਵਾਉਂਦਾ ਹੈ ਇਸ ਤਰ੍ਹਾਂ ਹੱਬ ਇੱਕ ਇਸ ਨਾਲ ਜੁੜੇ ਕੰਪਿਊਟਰਾਂ ਵਿੱਚ ਡਾਟਾ ਸ਼ੇਅਰਿੰਗ ਦੀ ਸਹੂਲਤ ਪ੍ਰਦਾਨ ਕਰਦਾ ਹੈ। ਹਾਂਜੀ ਡਾਟਾ ਸ਼ੇਅਰਿੰਗ ਕਰਦਾ ਹੈਗਾ ਜਿਵੇਂ ਕਿ ਆਪਣੇ ਕੋਲ ਆ ਦਿੱਤਾ ਹੋਇਆ ਨੈੱਟਵਰਕ ਦਿੱਤਾ ਹੋਇਆ ਹੈਗਾ। ਇਹ ਨੈੱਟਵਰਕ ਕੀ ਹੈਗਾ ਸਾਰਿਆਂ ਨੂੰ ਇਹ ਡਾਟਾ ਵੰਡ ਰਿਹਾ। ਤਾਂ ਇਹ ਇੱਕ ਤਰ੍ਹਾਂ ਕੀ ਹੈ ਇਹ ਹੱਬ ਹੈਗਾ। ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ। ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਹੈਗਾ 1 ਮਿੰਟ ਹਾਂਜੀ ਆਪਣੇ ਕੋਲ ਹੈਗਾ ਈਮੇਲ। ਈਮੇਲ ਵਾਲਾ ਕੌਨਸਟੈਂਸ ਈਮੇਲ ਤੁਹਾਨੂੰ ਪਤਾ ਹੀ ਆ। ਈਮੇਲ Gmail ਇੱਕੋ ਹੀ ਗੱਲ ਹੈ। ਈਮੇਲ ਦਾ ਅਰਥ ਹੈ ਇਲੈਕਟ੍ਰੋਨਿਕ ਮੇਲ ਇਹ ਇੰਟਰਨ ਇੰਟਰਨੈਟ ਉੱਤੇ ਸਭ ਤੋਂ ਵੱਧ ਵਰਤੇ ਜਾਣ ਵਾਲਾ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਇਹ ਸਾਨੂੰ ਦੁਨੀਆ ਵਿੱਚ ਕਿਤੇ ਵੀ ਇਲੈਕਟ੍ਰੋਨਿਕ ਰੂਪ ਵਿੱਚ ਸੁਨੇਹਾ ਭੇਜਣ ਅਤੇ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ ਸੁਨੇਹਾ ਭੇਜਣ ਅਤੇ ਪ੍ਰਾਪਤ ਕਰਨ ਦੇ ਲਈ ਸਾਨੂੰ ਇੱਕ ਈਮੇਲ ਆਈਡੀ ਦੀ ਲੋੜ ਪੈਂਦੀ ਹੈ ਈਮੇਲ ਆਈਡੀ ਪਤੇ ਵਿੱਚ ਹਮੇਸ਼ਾ ਜਿਹੜਾ ਦਾ ਰੇਟ ਜਿਹੜਾ ਚਿੰਨ੍ਹ ਸ਼ਾਮਿਲ ਹੁੰਦਾ ਹੈ ਉਦਾਹਰਨ ਲਈ inbox.comca ਉਦਾਹਰਨ ਦਿੱਤੀ ਹੋਈ ਹੈ ਇਹਨਾਂ ਨੇ ਈਮੇਲ ਐਡਰੈਸ ਹੈ ਜੀਮੇਲ, ਯਾਹੂ ਮੇਲ, ਰੈਡੀਫੈਲ ਮੇਲ ਆਦਿ ਕੁਝ ਪ੍ਰਸਿੱਧ ਵੈਬ ਮੇਲ ਸੇਵਾਵਾਂ ਹਨ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੂੰ ਨੀਚੇ ਕੌਂਸ਼ਨ ਆਊਗਾ ਇੱਕ ਉਸ ਵਿੱਚ ਪੁੱਛਿਆ ਜਾਊਗਾ ਮੈਨੂੰ ਗੂਗਲ ਐਪ ਬਾਰੇ ਦੱਸੋ। ਕਿਸੇ ਚਾਰ ਗੂਗਲ ਐਪਸ ਬਾਰੇ ਦੱਸੋ ਜਿਹੜੀਆਂ ਕਿ ਗੂਗਲ ਪ੍ਰਦਾਨ ਕਰਦਾ। ਗੂਗਲ ਪ੍ਰਦਾਨ ਕਰਦਾ ਜੀਮੇਲ ਕਰਦਾ, ਗੂਗਲ ਕੈਲੰਡਰ ਵੀ ਗੂਗਲ ਦਾ, ਗੂਗਲ ਮੈਪ ਵੀ ਆ, ਗੂਗਲ ਡਾਕ, ਗੂਗਲ ਫੋਟੋਸ, ਗੂਗਲ ਲੈਂਸ ਇਹ ਤੁਹਾਡੇ ਹੈਗੇ ਨੇ। ਕਿਸੇ ਚਾਰ ਦੇ ਦੱਸਨੇ ਸੀ ਮੈਂ ਤੁਹਾਨੂੰ ਸਹੀ ਕਰਵਾ ਦਿੱਤੇ ਨੇ ਤਾਂ ਤੁਹਾਡਾ ਇਹ ਆਨਸਰ ਆ ਗਿਆ। ਇਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਕੁਐਸਚਨ ਪੇਪਰ ਦੇ ਵਿੱਚ ਹਾਂਜੀ ਅਗਲਾ ਕੁਐਸਚਨ ਹੈਗਾ ਕਿਸੇ ਵੀ ਚਾਰ ਗੂਗਲ ਐਪ ਦੀ ਆਪਣੀ ਇਹ ਕਰ ਲਿਆ ਇਸ ਤੋਂ ਬਾਅਦ ਪੰਜਵੇਂ ਨੰਬਰ ਤੇ ਹੈਗਾ MS Excel ਨੂੰ ਪਰਿਭਾਸ਼ਿਤ ਕਰੋ ਹਾਂਜੀ MS Excel ਦੀ ਆਪਾਂ ਨੇ ਡੈਫੀਨੇਸ਼ਨ ਦੇਣੀ ਆ ਇਹਦੇ ਵਿੱਚ ਜਾਂ ਦਿੱਤਾ ਹੋਇਆ ਹੈਗਾ MS Excel ਦੇ ਕੀ ਕੀ ਉਪਯੋਗ ਹਨ ਦੋਨੋਂ ਵਿੱਚੋਂ ਇੱਕ ਕਰਨਾ ਅਤੇ ਇਸ ਤੋਂ ਬਾਅਦ ਸੇਮੇ ਨੰਬਰ ਤੇ ਹੈਗਾ ਮਰਜਿੰਗ ਸੈੱਲ ਤੋਂ ਤੁਹਾਡਾ ਕੀ ਭਾਵ ਹੈ ਚਾਰਟ ਕੀ ਹੁੰਦੀ ਹਨ ਇਹਨਾਂ ਵਿੱਚ ਜਾਾਂਗਾ ਚਲੋ ਆਪਾਂ ਇਹ ਚਾਰੇ ਇਕੱਠੇ ਨੇ ਜਿਹੜੇ ਆਂਸਰ ਤੁਹਾਨੂੰ ਇਹ ਦਿਖਾ ਦਿੰਨੇ ਹਾਂ ਹਾਂਜੀ ਜਿਵੇਂ ਕਿ ਆਪਣੇ ਕੋਲੇ ਹੈਗਾ ਪਹਿਲਾਂ ਨੈੱਟਵਰਕ ਕੀ ਹੁੰਦਾ ਹੈ ਇਨਾਂ ਦੇ ਲਾਭ ਅਤੇ ਨੁਕਸਾਨ ਲਿਖੋ ਠੀਕ ਹੈ ਜੀ ਤਾਂ ਹਾਂਜੀ ਆਪਾਂ ਨੈਟਵਰਕ ਵਾਲਾ ਕਰ ਲੈਣੇ ਆਂ ਹਾਂਜੀ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਨੈਟਵਰਕ ਵਿੱਚ ਇਹ ਇਹ ਕੰਪਿਊਟਰ ਵੱਖ-ਵੱਖ ਸੰਚਾਰ ਸਾਧਨਾਂ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ ਸੌਤਾਂ ਦੀ ਸਾਂਝ ਅਤੇ ਸੰਚਾਰ ਕੀਤਾ ਜਾ ਸਕੇ ਨੈਟਵਰਕ ਦੇ ਲਾਭ ਲਿਖੇ ਹੋਏ ਨੂੰ ਉੱਤੇ ਇਹ ਜਿਹੜਾ ਸ਼ਾਇਦ ਵੱਡਾ ਹੈਗਾ ਇਹ ਕਮਿਸ਼ਨ ਇੱਕ ਮਿੰਟ ਆਪਾਂ ਦੇਖ ਦਿਆਂਗੇ ਹਾਂਜੀ ਇਹ ਵੱਡਿਆਂ ਵਿੱਚ ਆ ਗਿਆ ਹਾਂਜੀ ਆ ਆ ਗਿਆ ਇਹ ਵੱਡਿਆਂ ਦਾ ਆਪਣੇ ਵੱਡਿਆਂ ਵਾਲਾ ਵੀ ਕਰ ਲੈਣੇ ਚਲੋ ਵਿੱਚ ਹੀ ਕਰ ਲੈਣੇ ਆ ਤਾਂ ਤੁਹਾਨੂੰ ਮੈਂ ਬਾਅਦ ਵਿੱਚ ਪੌਂਚ ਨੇ ਪਰ ਦੇ ਵਿੱਚ ਦਿਖਾ ਦੂੰਗਾ ਹਾਂਜੀ ਨੈਟਵਰਕ ਦੇ ਆਪਣੇ ਲਾਭ ਲਿਖਨੇ ਨੇ ਕਿ ਲਾਭ ਨੇ ਨੈਟਵਰਕ ਨਾਲ ਡਾਟਾ ਅਤੇ ਸੂਚਨਾ ਦੀ ਸਾਂਝੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਇਹ ਇੱਕ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਾਂਝ ਹੋ ਸਕਦੀ ਹੈ ਨੈਟਵਰਕ ਰਾਹੀਂ ਸੰਚਾਰ ਬਹੁਤ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ ਨੈਟਵਰਕ ਵਿੱਚ ਫਾਈਲਾਂ ਦੀ ਵਰਤੋਂ ਦੇ ਸਾਂਝੀ ਤੇਜ਼ੀ ਨਾਲ ਹੋ ਸਕਦਾ ਹੈ ਨੈਟਵਰਕ ਦੀ ਮਦਦ ਨਾਲ ਨੈਟਵਰਕ ਦੇ ਕਿਸੇ ਵੀ ਕੰਪਿਊਟਰ ਦਾ ਬੈਕਅਪ ਲੈਣਾ ਆਸਾਨ ਹੁੰਦਾ ਹੈ ਇਸ ਦੀਆਂ ਹਾਨੀਆਂ ਕੀ ਨੇ ਨੈਟਵਰਕ ਦੇ ਫੇਲ ਹੋ ਜਾਣ ਨਾਲ ਸਾਰੀਆਂ ਕੇਂਦ੍ਰਿਤ ਜਿਹੜੀਆਂ ਸੇਵਾਵਾਂ ਹੁੰਦੀਆਂ ਨੇ ਉਹ ਫੇਲ ਹੋ ਜਾਂਦੀਆਂ ਨੇ ਨੈਟਵਰਕ ਦਾ ਪ੍ਰਬੰਧਨ ਕਰਨ ਔਖਾ ਹੁੰਦਾ ਹੈ ਠੀਕ ਹੈ ਜੀ ਬਹੁਤ ਟਾਈਮ ਲੱਗਦਾ ਨੈਟਵਰਕ ਬਣਾਉਣ ਦੀ ਕੀਮਤ ਕਾਫੀ ਹੁੰਦੀ ਹੈ ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਏ ਨੇ ਵੱਖ-ਵੱਖ ਕਿਸਮਾਂ ਦੇ ਨੈਟਵਰਕ ਸਬੰਧੀ ਲਿਖੋ ਇਹ ਇਹ ਦੋਨਾਂ ਦੇ ਵਿੱਚ ਜਾਂ ਆਊਗਾ ਤੁਹਾਨੂੰ ਮੈਂ ਇਹ ਕਰਵਾਉਣਾ ਜਿਵੇਂ ਕਿ ਦਿੱਤਾ ਹੋਇਆ ਨੈਟਵਰਕ ਦੀਆਂ ਕਈ ਕਿਸਮਾਂ ਨੇਗੀਆਂ ਨੈਟਵਰਕ ਦੇ ਆਕਾਰ ਅਨੁਸਾਰ ਇਹਨਾਂ ਦੇ ਹੇਠ ਲਿਖੇ 4 ਕਿਸਮਾਂ ਨੂੰ ਵੰਡਿਆ ਗਿਆ ਹੈ ਪਹਿਲੀ ਕਿਸਮ ਹੈਗੀ ਪੈਨ ਪੈਨ ਦਾ ਪੂਰਾ ਨਾਮ ਪਰਸਨਲ ਏਰੀਆ ਨੈਟਵਰਕ ਹੈ ਇਹ ਨੈਟਵਰਕ ਇੱਕ ਵਿਅਕਤੀ ਦੇ ਆਲੇ-ਦੁਆਲੇ ਮੌਜੂਦ ਹੁੰਦਾ ਹੈ ਉਦਾਹਰਨ ਦੇ ਲਈ ਦੋ ਮੋਬਾਈਲ ਆਪਸ ਵਿੱਚ ਕਨੈਕਟ ਕਰਨਾ ਆਦਿ ਇਸ ਦਾ ਦਾਇਰਾ 10 ਮੀਟਰ ਦੇ ਲਗਭਗ ਹੁੰਦਾ ਹੈ ਮਤਲਬ ਜਿਵੇਂ ਬਲੂਟੁੱਥ ਹੁੰਦੀ ਹੈਗੀ ਅਤੇ ਆਪਣਾ ਹੌਟਸਪੌਟ ਕਰ ਦਿੰਗੇ ਇਹ ਇਸ ਦੇ ਵਿੱਚ ਆ ਜਾਂਦਾ ਲੈਨ ਹੁੰਦਾ ਲੈਨ ਦਾ ਪੂਰਾ ਨਾਮ ਲੋਕਲ ਏਰੀਆ ਨੈਟਵਰਕ ਹੁੰਦਾ ਇਹ ਨੈਟਵਰਕ ਇੱਕ ਦਫ਼ਤਰ ਜਾਂ ਇੱਕ ਸਕੂਲ ਦੀ ਕੰਪਿਊਟਰ ਲੈਬ ਜਾਂ ਘਰ ਵਿੱਚ ਬਣਾਇਆ ਜਾਂਦਾ ਹੈ ਆਮ ਤੌਰ ਤੇ ਇਹ ਨੈਟਵਰਕ ਫਾਈਲਾਂ ਜਾਂ ਹਾਰਡਵੇਅਰ ਯੰਤਰਾਂ ਨੂੰ ਸ਼ੇਅਰ ਕਰਨ ਲਈ ਬਣਾਇਆ ਜਾਂਦਾ ਹੈ। ਇਹ ਆਕਾਰ ਵਿੱਚ 1 ਮੀਲ ਦੇ ਘੇਰੇ ਤੱਕ ਸੀਮਿਤ ਹੁੰਦਾ ਹੈ। ਅਗਲਾ ਹੈਗਾ ਮੈਨ। ਮੈਨ ਦਾ ਪੂਰਾ ਨਾਮ ਮੈਟਰੋਪੋਲਿਟਨ ਏਰੀਆ ਨੈਟਵਰਕ ਹੈ। ਇਹ ਨੈਟਵਰਕ ਇੱਕ ਵੱਡੇ ਖੇਤਰ ਜਿਵੇਂ ਕਿ ਸ਼ਹਿਰ ਵਿੱਚ ਫੈਲਿਆ ਹੋਇਆ ਹੁੰਦਾ ਹੈ। ਧਾਰਮਿਕ ਕੇਓਲ ਟੀਵੀ ਨੈਟਵਰਕ ਇਹ ਆਕਾਰ ਵਿੱਚ 5 ਤੋਂ ਲੈ ਕੇ 50 ਕਿਲੋਮੀਟਰ ਦੇ ਦਾਇਰੇ ਅੰਦਰ ਫੈਲਿਆ ਹੁੰਦਾ ਹੈ। ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ ਚੌਥਾ ਹੈਗਾ ਵੈਨ ਵੈਨ ਦਾ ਪੂਰਾ ਨਾਮ ਵਾਈਡ ਏਰੀਆ ਨੈਟਵਰਕ ਹੈ ਇਹ ਨੈਟਵਰਕ ਇੱਕ ਬਹੁਤ ਵੱਡਾ ਭੂਗੋਲਿਕ ਖੇਤਰ ਜਿਵੇਂ ਕਿ ਦੇਸ਼ ਮਹਾਦੀਪ ਜਾਂ ਸਾਰੀ ਦੁਨੀਆ ਵਿੱਚ ਫੈਲੇ ਹੋ ਸਕਦਾ ਹੈ ਇੰਟਰਨੈਟ ਵੈਨ ਨੈਟਵਰਕ ਦੀ ਇੱਕ ਵਧੀਆ ਉਦਾਹਰਨ ਹੈ ਇਹ ਤੁਹਾਡਾ ਕੁਐਸਚਨ ਦਾ ਆਨਸਰ ਹੈ ਨੋਟ ਕਰ ਲੈਣਾ ਹਾਂਜੀ ਇਸ ਤੋਂ ਬਾਅਦ ਈਮੇਲ ਆਪਣੀ ਕਰੀ ਲੇਤਾ Google ਐਪ ਹਾਂਜੀ Google ਐਪ ਲਈ ਇਹ ਕਰ ਲੈਣੇ ਆਪਾਂ ਕਿਸੇ ਵੀ ਦੋ Google ਐਪ ਦਾ ਵਰਣਨ ਕਰਨਾ Google ਦੁਆਰਾ ਪ੍ਰਦਾਨ ਕੀਤੀਆਂ ਗਈਆਂ ਵੈਬ ਅਧਾਰਿਤ ਐਪਲੀਕੇਸ਼ਨਾਂ ਦੇ ਸਮੂਹ ਨੂੰ Google ਐਪ ਕਿਹਾ ਜਾਂਦਾ ਹੈ ਇਹਨਾਂ ਐਪਸ ਦੀ ਵਰਤੋਂ ਕਰਨ ਲਈ ਸਾਡੇ ਕੋਲ ਇੱਕ Google ਅਕਾਊਂਟ ਹੋਣਾ ਚਾਹੀਦਾ ਹੈ Gmail ਕੈਲੰਡਰ ਐਪ ਮੈਪਸ ਆਦਿ ਕੁਝ ਮਹੱਤਵਪੂਰਨ Google ਦੀਆਂ ਜਿਹੜੀਆਂ ਇਹ ਐਪਸ ਨੇਗੀਆਂ ਹਾਂ ਜੀਮੇਲ ਇਸ ਐਪ ਦੀ ਵਰਤੋਂ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਇਸ ਐਪ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਜਾਂ ਕੰਪਿਊਟਰ ਤੋਂ ਸੁਨੇਹਾ ਭੇਜ ਸਕਦੇ ਹਾਂ Google ਦਾ ਡਰਾਈਵ ਇਹ ਗੂਗਲ ਐਪ ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਦਾ ਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦੀ ਹੈ ਡਾਟਾ ਸਟੋਰ ਕਰਨ ਲਈ ਗੂਗਲ ਹਰੇਕ ਅਕਾਊਂਟ ਨੂੰ 15 GB ਸਟੋਰੇਜ ਸੰਪੇਸ਼ਿਤ ਪ੍ਰਦਾਨ ਕਰਦਾ ਹੈ ਇਹ ਜਿਹੜਾ ਤੁਹਾਡਾ ਵੱਡਾ ਕੁਐਸਚਨ ਹੈਗਾ ਠੀਕ ਹੈ ਜੀ ਇਸ ਦੇ ਵਿੱਚ ਜਿਹੜਾ ਆਊਗਾ ਹਾਂਜੀ ਇਹ ਆਗਿਆ ਨੇ ਆਪਣੇ ਕੋਲ ਛੋਟੇ ਪ੍ਰਸ਼ਨ MS Excel ਦੀ ਪਰਿਭਾਸ਼ਾ ਦਿਓ ਮਾਈਕਰੋਸਾਫਟ ਐਕਸਲ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਮਾਰਕ ਸ਼ਾਫਟ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ ਇਹ ਮਾਈਕਰੋਸਾਫਟ ਆਫਿਸ ਦਾ ਇੱਕ ਭਾਗ ਹੈ ਇਸ ਦੀ ਵਰਤੋਂ ਡਾਟਾ ਨੂੰ ਰੋਜ਼ ਅਤੇ ਕਾਮਲਾਵਾਂ ਵਿੱਚ ਵਿਸ਼ੇਸ਼ਿਤ ਕਰਨ ਅਤੇ ਗਣਿਤਿਕ ਕਟਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਅਤੇ ਅਸੀਂ ਚਾਰਟ ਅਤੇ ਗ੍ਰਾਫ ਦੀ ਵਰਤੋਂ ਕਰਕੇ ਡਾਟਾ ਨੂੰ ਗ੍ਰਾਫੀਕਲ ਰੂਪ ਵਿੱਚ ਵੀ ਦਰਸਾ ਸਕਦੇ ਹਾਂ ਐਕਸਲ ਵਿੱਚ ਬਣਾਈਆਂ ਗਈਆਂ ਫਾਈਲਾਂ ਨੂੰ ਵਰਕਬੁੱਕ ਕਿਹਾ ਜਾਂਦਾ ਹੈ ਅਤੇ ਉਹਨਾਂ ਨੂੰ ਐਕਸਲ.xlsx ਠੀਕ ਹੈ ਜੀ ਐਕਸਲਸ ਨਾਲ ਵੀ ਸੇਵ ਕੀਤਾ ਜਾ ਸਕਦਾ ਹੈ ਹਾਂਜੀ ਆ ਇੱਕ ਉਦਾਹਰਨ ਦਿੱਤੀ ਹੋਈ ਹੈ ਇਹਨਾਂ ਨੇ ਡਾਇਗਰਾਮ ਜਿਹੜਾ ਕਿ ਐਮ ਐਕਸਲ ਦੀ ਹੈਗੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ ਇਸ ਦੇ ਵਿੱਚ ਇੱਕ ਤੁਹਾਨੂੰ ਹੋਰ ਆਊਗਾ ਜਾਂ ਦੇ ਵਿੱਚ ਹੈਗਾ ਐਮ ਐਸ ਐਕਸਲ ਦੇ ਕੀ ਕੀ ਉਪਯੋਗ ਹਨ ਕਿੱਥੇ ਕਿੱਥੇ ਵਰਤੇ ਜਾਂਦਾ ਹੈ ਐਕਸਲ ਦੀ ਵਰਤੋਂ ਗਣਿਤਿਕ ਹਾਂਜੀ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਚਾਰਟ ਦੀ ਵਰਤੋਂ ਕਰਕੇ ਡਾਟਾ ਨੂੰ ਗ੍ਰਾਫੀਕਲ ਰੂਪ ਵਿੱਚ ਦਰਸਾਇਆ ਜਾਂਦਾ ਹੈ ਇਸ ਇਸ ਵਿੱਚ ਅਸੀਂ ਸਕੂਲਾਂ ਦਾ ਟਾਈਮ ਟੇਬਲ ਵੀ ਤਿਆਰ ਕਰ ਸਕਦੇ ਹਾਂ ਅਤੇ ਜਿਹੜੇ ਤੁਹਾਡੇ ਰਿਜ਼ਲਟ ਹੁੰਦੇ ਨੇ ਉਹ ਵੀ ਇਸ ਤਰ੍ਹਾਂ ਹੀ ਤਿਆਰ ਹੁੰਦੇ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਸੰਬੰਧੀ ਗਣਨਾਵਾਂ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਦੇ ਲਈ ਵੀ ਐਕਸਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਹਾਂਜੀ ਐਕਸਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਆਪਾਂ ਤਰਤੀਬ ਦੇ ਵਿੱਚ ਲਿਖ ਸਕਦੇ ਹਾਂ ਜਿਵੇਂ ਕਿ ਆ ਦਿੱਤਾ ਹੋਇਆਗਾ ਬਣਾਇਆ ਹੋਇਆਗਾ ਉੱਤੇ ਨਾਮ ਆ ਜਾਊ ਰੋਲ ਨੰਬਰ ਆ ਜਾਊਗਾ ਨੀਚੇ ਨੰਬਰ ਲੱਗੀਆਂ ਨੇ ਇਸ ਤਰ੍ਹਾਂ ਹੁੰਦਾਗਾ ਇਹ ਤੁਹਾਡਾ ਕੁਐਸਚਨ ਦਾ ਆਨਸਰ ਹੈ ਇਸ ਤੋਂ ਬਾਅਦ ਅਗਲਾ ਆਪਣੇ ਕੋਲ ਹੈਗਾ ਮਰਜਿੰਗ ਸੈੱਲ ਤੋਂ ਕੀ ਭਾਵ ਹੈ ਮਰਜਿੰਗ ਸੈੱਲ ਦਾ ਮਤਲਬ ਹੈ ਦੋ ਜਾਂ ਦੋ ਤੋਂ ਵੱਧ ਸੈੱਲਾਂ ਇੱਕ ਸੈੱਲ ਬਣਾਉਣਾ ਇਸ ਨੂੰ ਆਪਾਂ ਮਰਜ ਕਿਹਾ ਦਿੰਨੇ ਆਂਗੇ ਐਕਸਲ ਵਿੱਚ ਅਸੀਂ ਜਿੰਨੇ ਮਰਜ਼ੀ ਸੈੱਲਾਂ ਨੂੰ ਮਰਜ ਕਰ ਸਕਦੇ ਹਾਂ ਨਾਲ ਲੱਗਦੇ ਸਿਲੈਕਟ ਕੀਤੇ ਸਿਲੈਕਟ ਕੀਤੇ ਗਏ ਸੈੱਲਾਂ ਨੂੰ ਮਰਜ ਕਰਨ ਲਈ ਅਸੀਂ ਐਕਸਲ ਦੀ ਹੋਮ ਟੈਬ ਵਿੱਚ ਉਪਲਬਧ ਮਰਜ ਐਂਡ ਸੈਂਟਰ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ ਮਰਜ ਐਂਡ ਠੀਕ ਹੈ ਜੀ ਸੈਂਟਰ ਆਪਸ਼ਨ ਹੁੰਦੀ ਹੈ ਜਿਸ ਦੇ ਨਾਲ ਆਪਾਂ ਜਿਹੜੀ ਚੀਜ਼ ਆ ਕੋਈ ਉਹ ਮਰਜ ਕਰ ਸਕਦੇ ਆਂਗੇ ਹਾਂਜੀ ਜਿਵੇਂ ਕਿ ਦਿੱਤੀ ਹੋਈ ਆ ਆ ਦਿੱਤੀ ਹੋਈ ਆ ਮਰਜ ਐਂਡ ਸੈਂਟਰ ਇਸ ਦੇ ਨਾਲ ਆਪਾਂ ਕੋਈ ਮਰਜ ਕਰ ਸਕਦੇ ਆਂ ਇਹ ਤੁਹਾਡਾ ਕਨਸਿਊਡ ਦਾ ਆਨਸਰ ਹੈ ਨੋਟ ਕਰ ਲੈਣਾ ਅਦਲਪ ਨੂੰ ਆਉਗਾ ਚਾਰਟ ਕੀ ਹੁੰਦੇ ਹਨ ਚਾਰਟ ਐਕਸਲ ਦੀ ਇੱਕ ਮਤਬੂਰਨ ਵਿਸ਼ੇਸ਼ਤਾ ਹੈ ਡਾਟਾ ਨੂੰ ਗ੍ਰਾਫੀਕਲ ਰੂਪ ਵਿੱਚ ਦਰਸਾਉਣ ਦੇ ਲਈ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਆਹ ਗ੍ਰਾਫੀਕਲ ਰੂਪ ਦੇ ਵਿੱਚ ਦਿਖਾਇਆ ਹੋਇਆ ਹੈਗਾ ਠੀਕ ਹੈ ਜੀ ਡਾਟਾ ਨੂੰ ਵਧੀਆ ਤਰੀਕੇ ਨਾਲ ਸਮਝਣ ਲਈ ਚਾਰਟ ਬਹੁਤ ਲਾਭਦਾਇਕ ਹੁੰਦਾ ਹੈ ਮੁੱਲਾਂ ਦੀ ਤੁਲਨਾ ਕਰਨ ਲਈ ਤਾਂ ਜਾਂ ਡਾਟਾ ਵਿੱਚ ਰੁਝਾਨ ਦਿਖਾਉਣ ਲਈ ਚਾਰਟ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਅਸੀਂ ਐਕਸਲ ਵਿੱਚ ਕਈ ਤਰ੍ਹਾਂ ਦੇ ਚਾਰਟ ਬਣਾ ਸਕਦੇ ਹਾਂ ਜਿਵੇਂ ਕਿ ਪਾਈ ਚਾਰਟ ਕਾਲਮ ਚਾਰਟ ਲਾਈਨ ਚਾਰਟ ਬਾਰ ਚਾਰਟ ਏਰੀਆ ਚਾਰਟ ਜਿਵੇਂ ਕੀ ਆਪਣੇ ਮੈਥ ਦੇ ਵਿੱਚ ਹੁੰਦਾ ਹਾਂਜੀ ਜਿਵੇਂ ਕਿ ਇੱਥੇ ਲਿਖਿਆ ਹੋਇਆ ਇਹਨਾਂ ਨੇ 10ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੇ ਜਿਵੇਂ ਕਿ ਆਹ 50 ਤੇ ਜਾ ਰਹੇ ਹੈਗਾ 10ਵੀਂ ਵਾਲੇ ਆਪ ਇੱਥੇ ਜਾ ਰਹੇ ਨੇ ਆਹ ਇੱਥੇ ਜਾ ਰਹੇ ਨੇ ਟੀਮ ਮੰਮਣੀਆਂ ਹੋਈਆਂ ਨਹੀਂ ਗਈਆਂ ਤਾਂ ਇਥੋਂ ਹੀ ਪਤਾ ਲੱਗ ਜੂਗਾ ਉਹ ਚਾਰਟ ਚਾਰਟ ਦੇ ਇਹਨਾਂ ਨੇ ਲਾਭ ਦੱਸੇ ਹੋਏ ਨੇ ਕਿ ਚ ਅਤੇ ਚਾਰਟ ਕੀ ਹੁੰਦੇ ਨੇ ਉਹ ਦੱਸਿਆ ਹੋਇਆ ਇਸ ਦੇ ਨਾਲ ਹੀ ਜਿਹੜੇ ਇਹ ਕੌਨਸਲ ਨੇ ਹੋ ਕੰਪਲੀਟ ਹੋ ਰਹੇ ਨੇ ਹਾਂਜੀ ਇੱਕ ਵਾਰ ਮੈਂ ਤੁਹਾਨੂੰ ਕੌਨਸਲ ਦਿਖਾ ਦਿੰਨਾ ਇੱਕ ਮਿੰਟ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਗੂਗਲ ਐਪ ਵਾਲਾ ਆਪਣੇ ਕਰੀ ਲੈਤਾ ਕਿਸ ਅਤੇ ਸਾਇਬਰ ਕ੍ਰਾਈਮ ਦੀ ਰੋਕਦਮ ਦੇ ਉਪਗਾਲ ਲਿਖੋ ਸਾਇਬਰ ਕ੍ਰਾਈਮ ਤੁਹਾਨੂੰ ਆਪਣੀਆਂ ਬੁੱਕ ਵਿੱਚ ਕਰ ਲੈਣੇ ਆ ਅਤੇ ਜਿਹੜਾ ਤੁਹਾਨੂੰ ਇਹ ਬੱਡੇ ਹੋਣਗੇ ਇਹ ਤੁਹਾਨੂੰ ਆਉਣਗੇ ਸੀਸੀ ਅੰਕਾਂ ਦੀ ਆਪਣੇ ਇਹ ਕਾਰੀ ਲੈ ਲੈਣੇਗੇ ਆ ਦੋਨੇ ਕਰ ਲੈਣੇ ਤੇ ਆ ਆ ਕਰ ਲਿਆ ਹਾਂਜੀ ਉਰੇਆ ਪੰਜਾਬੀ ਦਾ ਮੀਡੀਅਮ ਵਾਲਾ ਖਤਮ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਇੰਗਲਿਸ਼ ਮੀਡੀਅਮ ਦਾ ਸਟਾਰਟ ਕਰਦੇ ਹਾਂ ਪੰਜਾਬੀ ਮੀਡੀਅਮ ਵਾਲੋਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਹਾਨੂੰ ਪੇਪਰ ਨੰਬਰ 2 ਚਾਹੀਦਾ ਜਿਸ ਦੇ ਵਿੱਚ ਅਸੀਂ ਹੋਰ ਕੁਐਸਚਨ ਸ਼ੇਅਰ ਕਰੀਏ ਜੇਕਰ ਤੁਹਾਨੂੰ ਉਹ ਚਾਹੀਦਾ ਤਾਂ ਨੀਚੇ ਕਮੈਂਟ ਬਾਕਸ ਵਿੱਚ ਜਰੂਰ ਲਿਖ ਦੇਣਾ ਪੇਪਰ ਨੰਬਰ 2 ਤਾਂ ਅਸੀਂ ਪੇਪਰ ਨੰਬਰ 2 ਵੀ ਸ਼ੇਅਰ ਕਰ ਦਵਾਂਗੇ ਚਲੋ ਆ ਹੁਣ ਆਪਾਂ ਕਰਦੇ ਹਾਂਗੇ ਇੰਗਲਿਸ਼ ਮੀਡੀਅਮ ਦੇ ਵਿੱਚ ਪੇਪਰ ਹਾਂਜੀ ਵਿਦਿਆਰਥੀਓ ਇੰਗਲਿਸ਼ ਮੀਡੀਅਮ ਵਿੱਚ ਜਿਵੇਂ ਕਿ ਦੇਖ ਸਕਦੇ ਤੁਸੀਂ ਕੌਨਸਟ ਜਿਵੇਂ ਸੇਮ ਨਹੀਂ ਪਰ ਟਰਾਂਸ ਠੀਕ ਹੈ ਜਿਹੜਾ ਵਰਕਬੁੱਕ ਹੁੰਦੀ ਹੈ ਉਹ ਕਿਸ ਦਾ ਕਲੈਕਸ਼ਨ ਹੁੰਦਾਗਾ ਉਹ ਹੁੰਦਾਗਾ ਵਰਕਸ਼ੀਟਸ ਦਾ ਠੀਕ ਹੈ ਯਾਨੀ ਕਿ ਡੀ ਆਪਸ਼ਨ ਹੈਗੀ ਠੀਕ ਹੈ ਜੀ ਡੀ ਆਪਸ਼ਨ ਹੈ ਅ ਸੈੱਲ ਇਜ਼ ਐਨ ਇੰਟਰਸੈਕਸ਼ਨ ਆਫ ਡੈਸ਼ ਐਂਡ ਡੈਸ਼ ਉਹ ਹੁੰਦਾ ਰੋ ਅਤੇ ਕਾਲਮ ਦਾ ਫਿਲ ਹੈਂਡਲ ਇਨ ਐਮ ਐਸ ਐਕਸਲ ਕੈਨ ਬੀ ਯੂਜ਼ਡ ਫੋਰ ਉਹ ਕਿਸ ਦੇ ਲਈ ਯੂਜ਼ ਕੀਤਾ ਜਾਂਦਾ ਕਾਪਿੰਗ ਦਾ ਕੰਟੈਂਟ ਆਫ ਅ ਸੈੱਲ ਐਂਟਰਿੰਗ ਨੰਬਰ ਆਫ ਸੀਰੀਜ਼ ਐਂਟਰਿੰਗ ਕਸਟਮ ਸੀਰੀਜ਼ ਇਹ ਸਾਰਿਆਂ ਦੇ ਲਈ ਯਾਨੀ ਕਿ ਡੀ ਆਪਸ਼ਨ ਬਾਈ ਡਿਫਾਲਟ ਈਚ ਨਿਊ ਵਰਕਬੁੱਕ ਇਨ ਐਮ ਐਸ ਐਕਸਲ 2010 ਕੰਟੇਨ ਡੈਸ਼ ਨੰਬਰ ਆਫ ਵਰਕਸ਼ੀਟ ਕਿੰਨੀਆਂ ਨੰਬਰ ਆਫ ਵਰਕਸ਼ੀਟ ਕੰਟੇਨ ਕਰਦਾ ਉਹ ਕਰਦਾ ਆਪਣਾ 3 ਠੀਕ ਹੈ ਜਾਨਕੀ 3 ਇਸ ਤੋਂ ਬਾਅਦ ਆਪਾਂ ਨੂੰ ਨੈਕਸਟ ਕੁਐਸਚਨ ਹੈਗਾ 5th ਵਿਚ ਆਬਜੈਕਟ ਕੈਨ ਬੀ ਐਡਡ ਇਨ ਵਰਕਸ਼ੀਟ ਕਿਹੜੀਆਂ ਜਿਹੜੀਆਂ ਆਬਜੈਕਟਸ ਨੇਗੀਆਂ ਉਹ ਇਹਨਾਂ ਵਿੱਚੋਂ ਜਿਹੜੀਆਂ ਐਡ ਕੀਤੀਆਂ ਜਾ ਸਕਦੀਆਂ ਨੇਗੀਆਂ ਵਰਕਸ਼ੀਟ ਦੇ ਵਿੱਚ ਤਾਂ ਵਰਕਸ਼ੀਟ ਦੇ ਵਿੱਚ ਸਾਰੀਆਂ ਕੀਤੀਆਂ ਜਾ ਸਕਦੀਆਂ ਨੇ ਸੈੱਲ ਚਾਰਟਸ ਰੋ ਤਾਂ ਇਸਦੀ ਡੀ ਆਪਸ਼ਨ ਆਗੀ Gmail ਇਸ ਅ ਫਰੀ ਈਮੇਲ Gmail ਇੱਕ ਫਰੀ ਈਮੇਲ ਹੈ ਸਰਵਿਸਿਸ ਪ੍ਰੋਵਾਈਡਡ ਬਾਈ ਇੱਕ ਕਿਸ ਦੇ ਦੁਆਰਾ ਪ੍ਰਦਾਨ ਕੀਤੀ ਗਈ ਹੈ ਇਹ ਇੱਕ ਗੂਗਲ ਦੀ ਹੈ ਠੀਕ ਹੈ ਜੀ Gmail ਹੈ ਜਿਹੜੀ ਉਹ Google ਦਾ ਤਾਂ ਕਰਕੇ ਇਸ ਦਾ e ਆਪਸ਼ਨ ਆ ਗਿਆ ਸੱਤਵਾਂ ਹੈਗਾ ਅ ਅ ਡੈਸ਼ ਇਜ਼ ਅ ਟਾਈਪ ਆਫ ਟੈਸਟ ਯੂਜ਼ਡ ਇਨ ਕੰਪਿਊਟਿੰਗ ਟੂ ਡਿਟਰਮਾਈਨ ਵੈਦਰ ઓਰ ਨੋਟ ਦਾ ਯੂਜ਼ਰ ਇਜ਼ ਹਿਊਮਨ ਠੀਕ ਹੈ ਜੀ ਉਹ ਕੀਰੀ ਚੀਜ਼ ਹੈ ਜਿਸ ਦੇ ਨਾਲ ਅਸੀਂ ਡਿਟੈਕਟ ਕਰ ਸਕਦੇ ਹਾਂ ਕਿ ਇਹ ਜਿਹੜਾ ਅਸਲ ਦੇ ਵਿੱਚ ਹਿਊਮਨ ਆ ਜਾਂ ਰੋਬੋਟ ਤਾਂ ਉਹ ਹੁੰਦਾ ਜਿਹੜਾ ਕੈਪਚਾ ਹੁੰਦਾ ਠੀਕ ਹੈ ਜੀ ਅੱਠਵਾਂ ਹੈਗਾ ਡੈਸ਼ ਇਜ਼ ਅ ਟਾਈਪ ਆਫ ਮਾਲਵੇਅਰ ਡਿਜ਼ਾਈਨ ਟੂ ਪ੍ਰੋਵਾਈਡ ਅਨਥオーਰਾਈਜ਼ਡ ਰਿਮੋਟ ਐਕਸੈਸ ਟੂ ਯੂਜ਼ਰਸ ਕੰਪਿਊਟਰ ਤਾਂ o ਕੀ ਹੁੰਦਾ ਟ੍ਰੋਜਨ ਯਾਨਕਿ b ਆਪਸ਼ਨ ਹੈ ਕਿਸ ਦਾ ਨੋਟ ਕਰ ਲੈਣਾ ਨੋਵਾਂਵਾਂ ਕੁਐਸਚਨ ਹੈਗਾ ਆਪਣੇ ਕੋਲ ਵ੍ਰਾਈਟ ਦਾ ਸ਼ਾਰਟਕਟ ਕੀ ਟੂ ਓਪਨ ਐਨ ਐਗਜ਼ਾਈਟਿੰਗ ਫਾਈਲ ਇਨ ਐਮ ਐਸ ਐਕਸਲ ਠੀਕ ਹੈ ਜੀ ਪਹਿਲਾਂ ਖੁੱਲੀ ਹੋਈ ਫਾਈਲ ਨੂੰ ਜੇਕਰ ਆਪਣੀ ਓਪਨ ਕਰਨਾ ਉਸ ਦੇ ਲਈ ਆਪਾਂ ਯੂਜ਼ ਕਰਾਂਗੇ ਸੀਟੀ ਆਰ ਐਲ ਪਲੱਸ o ਟੈਗ ਨੋਟ ਕਰ ਲੈਣਾ ਦਸਵਾਂ ਕਵ ਵ੍ਰਾਈਟ ਦਾ ਸ਼ਾਰਟਕਟ ਕੀ ਟੂ ਸ਼ੇਵ ਅ ਫਾਈਲ ਇਨ ਐਮ ਐਸ ਐਕਸਲ ਐਮ ਐਕਸ ਐਕਸਲ ਦੇ ਵਿੱਚ ਕੋਈ ਵੀ ਫਾਈਲ ਸੇਵ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸੀਟੀ ਆਰ ਐਲ ਪਲੱਸ s ਇਹ ਤੁਹਾਡਾ ਆਨਸਰ ਹੈ ਨੋਟ ਕਰ ਲੈਣਾ ਅਗਲਾ ਆਪਣੇ ਕੋਲ ਹੈਗਾ রাইਟ ਦੀ ਫੁੱਲ ਫਾਰਮ ਆਫ ਲੈਂ ਲੈਂ ਤੁਹਾਨੂੰ ਪਤਾ ਹੀ ਹੈ ਲੋਕਲ ਏਰੀਆ ਨੈਟਵਰਕ ਇਸ ਤੋਂ ਬਾਅਦ ਆਪਣੇ ਕੋਲ 12ਵਾਂ ਮੰਗਾ রাইਟ ਦੀ ਫੁੱਲ ਫਾਰਮ ਆਫ ਮੈਨ ਮੈਨ ਹੁੰਦਾ মেট্রੋਪੋਲੀਟਨ ਏਰੀਆ ਨੈਟਵਰਕ ਇਸ ਤੋਂ ਬਾਅਦ ਵੈਨ ਵੈਨ ਦਾ ਹੁੰਦਾ ਵਾਈਡ ਏਰੀਆ ਨੈਟਵਰਕ ਇੱਕ ਵਾਰ ਮੈਂ ਤੁਹਾਨੂੰ ਲਿਖਿਆ ਹੋਇਆ ਵੀ ਦਿਖਾ ਦਿੰਨਾ ਕਿਉਂਕਿ ਆਪਣੇ ਕੋਲ 14ਵਾਂ ਮੰਗਾ রাইਟ ਦੀ ਫੁੱਲ ਫਾਰਮ ਆਫ ਪੈਨ ਪੈਨ ਦੀ ਫੁੱਲ ਫਾਰਮ ਹੁੰਦੀ ਹੈ ਪਰਸਨਲ ਏਰੀਆ ਨੈਟਵਰਕ ਐਨ ਆਈ ਸੀ ਦੀ ਫੁੱਲ ਫਾਰਮ ਹੁੰਦੀ ਹੈ ਨੈਟਵਰਕ ਇੰਟਰਫੇਸ ਕਾਰਡ ਚਲੋ ਆਪਾਂ ਇਹਨਾਂ ਦੀ ਤੁਹਾਨੂੰ ਜਿਹੜੀ ਹੈਗੇ ਨੇ ਉਹ ਅਨਸਰਸ ਦਿਖਾ ਦਿੰਦੇ ਹਾਂ ਜੀ ਸਟੂਡੈਂਟਸ ਤੁਸੀਂ ਇਹਨਾਂ ਦੀ ਜਿਹੜੇ ਅਨਸਰ ਨੇ ਉਹ ਦੇਖ ਸਕਦੇ ਹੋ ਲੈਨ ਦੀ ਫੁੱਲ ਫਾਰਮ ਮੈਨ ਦੀ ਫੁੱਲ ਫਾਰਮ ਵੈਨ ਦੀ ਫੁੱਲ ਫਾਰਮ ਪੈਨ ਦੀ ਫੁੱਲ ਫਾਰਮ ਐਨਏਸੀ ਦੀ ਫੁੱਲ ਫਾਰਮ ਤੁਸੀਂ ਫਿਰ ਇਹਨਾਂ ਦੀ ਫੁੱਲ ਫਾਰਮਸ ਨਹੀਂ ਜਿਹੜੀਆਂ ਉਹ ਆਪਣੀ ਨੋਟਬੁੱਕ ਤੇ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨਸ ਦੇਖਦੇ ਹਾਂ ਵੀ ਆਪਣੇ ਕੋਲੇ ਕਿਹੜੇ ਕੁਐਸਚਨਸ ਨੇਗੇ ਹਾਂਜੀ ਇਸ ਤੋਂ ਬਾਅਦ ਆਪਣੇ ਕੋਲੇ ਹੈਗੇ ਨੇ ਟru ਫਾਲਸ 16 ਜਿਵੇਂ ਕਿ ਨਿਊ ਸੈੱਲ ਰੋ ਔਰ ਕਾਲਮ ਕੈਨ ਬੀ ਐਡਡਡ ਬਾਈ ਯੂਜ਼ਿੰਗ ਸੀਟੀਆਰਲ ਐਂਡ ਪਲੱਸ ਕੀ ਫਰੋਮ ਦੀ ਕੀਬੋਰਡ ਹਾਂਜੀ ਬਿਲਕੁਲ ਸਹੀ ਹੈ ਇਸ ਦਾ ਟ੍ਰੂ ਸਮ ਐਂਡ ਮਿਨ ਆਰ ਦੀ ਐਗਜ਼ਾਮਪਲ ਆਫ ਚਾਰਟ ਟਾਈਪਸ ਇਨ ਐਮ ਐਸ ਐਕਸਲ ਇਹ ਵੀ ਟ੍ਰੂ ਹੈ ਇਸ ਦਾ ਫਾਰਮੈਟਿੰਗ ਆਪਸ਼ਨਸ ਇਫੈਕਟਿਵਲੀ ਰਿਪਰੈਜ਼ੈਂਟਸ ਦੀ ਇਨਫੋਰਮੇਸ਼ਨ ਫਰੋਮ ਫੈਕਟਸ ਆਫ ਡਾਟਾ ਬਿਲਕੁਲ ਕਰੈਕਟ ਹੈ ਗੂਗਲ ਡਰਾਈਵ ਡਸ ਨਾਟ ਅਲੋ ਟੂ ਅਸ ਟੂ ਸਟੋਰ ਐਂਡ ਸ਼ੇਅਰ ਫਾਈਲਸ ਆਨਲਾਈਨ ਇਹ ਫਾਲਸ ਹੈ ਗੂਗਲ ਆਪ ਨੂੰ ਅਲੋ ਕਰਦਾਗਾ ਕਿ ਆਪਾਂ ਉਸ ਦੇ ਵਿੱਚ ਆਪਾਂ ਆਪਣੀਆਂ ਫਾਈਲਸ ਨੇ ਜਿਹੜੀਆਂ ਉਹ ਸਟੋਰ ਕਰ ਸਕਦੇ ਆ ਤੇ ਸ਼ੇਅਰ ਕਰ ਸਕਦੇ ਆ ਇਹ ਇਹਨਾਂ ਨੇ ਲਿਖਿਆ ਤੇ ਨੋਟ ਤਾਂ ਕਰਕੇ ਫਾਲਸ ਆ ਗਿਆ Google Meet is a video conferencing ਠੀਕ ਜੀ ਸਰਵਿਸਿਸ ਬਾਈ ਗੂਗਲ ਬਿਲਕੁਲ ਕਰੈਕਟ ਹੈ ਟ੍ਰੂ ਇਸ ਦੇ ਨਾਲ ਹੀ ਤੁਹਾਡੇ ਇਹ ਟ੍ਰੂ ਫਾਲਸ ਵਾਲੇ ਮਤਲਬ 20 ਨੰਬਰ ਦੇ ਕੁਐਸਚਨ ਕੰਪਲੀਟ ਹੋ ਰਹੇ ਨੇ 21 ਨੰਬਰਾਂ ਵਾਲੇ ਇਸ ਤੋਂ ਬਾਅਦ ਆਪਣੇ ਕੋਲ ਤਿੰਨ ਤਿੰਨ ਮਾਰਕਸ ਵਾਲੇ ਕੁਐਸਚਨ ਹੋਣਗੇ ਸੀ ਫਸਟ ਕੁਐਸਚਨ ਹੈਗਾ ਆਪਣੇ ਪਾਸ ਰਾਈਟ ਦੀ ਨੇਮਸ ਆਫ ਐਨੀ ਫੋਰ ਨੈਟਵਰਕ ਟੋਪੋਲੋਜੀ ਫੋਰ ਨੈਟਵਰਕ ਟੋਪੋਲੋਜੀ ਦੇ ਆਪਣੇ ਨਾਮ ਦੱਸਣੇ ਨੇ ਸੈਕੰਡ ਹੈਗਾ ਆਪਣੇ ਹੱਬ ਦਾ ਰਾਈਟ ਟੂ ਸ਼ਾਰਟ ਨੋਟ ਆਨ ਹੱਬ ਦੇ ਹੱਬ ਦੇ ਉੱਤੇ ਆਪਾਂ ਇੱਕ ਨੋਟ ਦੇਣਾ ਇਸ ਤੋਂ ਆਪਣੇ ਕੋਲੇ 3ਰਡ ਕੁਐਸਚਨ ਹੈਗਾ ਡਿਫਾਈਨ ਈਮੇਲ ਈਮੇਲ ਨੂੰ ਆਪਾਂ ਡਿਫਾਈਨ ਕਰਨਾ ਇਸ ਤੋਂ ਬਾਅਦ 4ਥ ਕੁਐਸਚਨ ਆਪਣੇ ਕੋਲੇ ਗਿਵ தி ਨੇਮਸ ਆਫ 애니 4 ਗੂਗਲ ਐਪਸ 4 ਗੂਗਲ ਐਪਸ ਦਾ ਆਪਣੀ ਨਾਮ ਦੱਸਣਾਗਾ ਫਿਰ ਆਪਣੇ ਕੋਲੇ ਹੈਗਾ 5ਵਾਂ ਕੁਐਸਚਨ ਡਿਫਾਈਨ ਐਮ ਐਸ ਐਕਸਲ ਇਸ ਦੇ ਵਿੱਚ ਆਪਣੇ ਕੋਲੇ অপਸ਼ਨ ਆਗੀ ਆਪਾਂ ਇਹ ਵੀ ਲਿਖ ਸਕਦੇ ਹਾਂ ਵਾਟ ਆਰ ਦੀ ਯੂਜ਼ਸ ਆਫ ਐਮ ਐਸ ਐਕਸਲ ਸੇਮਾ ਕੁਐਸਚਨ ਹੈਗਾ ਵਾਟ ਡੂ ਯੂ ਮੀਨ ਬਾਈ ਮਰਜਿੰਗ ਸੈੱਲ ਮਰਜਿੰਗ ਸੈੱਲ ਤੋਂ ਕੀ ਭਾਵ ਹੈ ਨੈਕਸਟ ਹੈਗਾ ਵਾਟ ਆਰ ਚਾਰਟਸ ਚਾਰਟਸ ਕੀ ਹੁੰਦੀ ਨੇ ਇਸ ਤੋਂ ਆਪਣੇ ਕੋਲ ਨੈਕਸਟ ਆਉਣਗੇ ਆਪਣੇ ਨੂੰ 6 6 6 ਨੰਬਰਾਂ ਵਾਲੇ ਕੁਐਸਚਨ ਅੱਪਾ ਸਾਰਿਆਂ ਦੇ ਇਕੱਠਿਆਂ ਦੇ ਜਿਹੜੇ ਆਨਸਰ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਲਾਸਟ ਤੇ ਰਾਈਟ ਅਬਾਊਟ ਦੀ ਡਿਫਰੈਂਟ ਟਾਈਪਸ ਆਫ ਨੈਟਵਰਕ ਡਿਫਰੈਂਟ ਟਾਈਪ ਆਫ ਨੈਟਵਰਕ ਦੇ ਬਾਰੇ ਦੱਸਣਾਗਾ ਵਾਟ ਇਜ਼ ਨੈਟਵਰਕ ਨੈਟਵਰਕ ਕੀ ਹੁੰਦਾਗਾ ਇਸ ਦੀ ਆਪਣੇ ਐਡਵਾਂਟੇਜ ਐਂਡ ਡਿਸਐਡਵਾਂਟੇਜ ਦੱਸਿਆ ਨੇ ਇਸ ਦੇ ਵਿੱਚ ਆਪਸ਼ਨ ਹੈ ਕਿ ਨੈਕਸਟ ਕੁਐਸਚਨ ਆਪਣੇ ਕੋਲੇ ਵਾਟ ਆਰ ਗੂਗਲ ਐਪਸ ਗੂਗਲ ਐਪਸ ਕੀ ਨੇਗੀਆਂ ਐਕਸਪਲੇਨ ਐਨੀ 2 ਗੂਗਲ ਐਪਸ ਦੋ ਗੂਗਲ ਐਪਸ ਦੇ ਬਾਰੇ ਦੱਸੋ ਵਾਟ ਇਜ਼ ਸ ਪ੍ਰੀਵੈਂਟਿਵ ਮੀਜਰਸ ਅਗੇਂਸਟ ਸਾਈਬਰ ਕਰਾਇਮ ਠੀਕ ਹੈ ਜੀ ਸਾਈਬਰ ਕਰਾਇਮ ਨੂੰ ਰੋਕਣ ਦੇ ਲਈ ਕੀ ਆਪਾਂ ਜਿਹੜੇ ਹੈਗੇ ਨੇ ਉਹ ਯੂਜ਼ ਕਰ ਸਕਦੇ ਆ ਚਲੋ ਆਪਾਂ ਸਾਰਿਆਂ ਦੇ ਜਿਹੜੇ ਹੈਗੇ ਨੇ ਉਹ ਆਨਸਰ ਦਿਖਾਉਣੇ ਤੁਹਾਨੂੰ ਹਾਂਜੀ ਜਿਵੇਂ ਕਿ ਤੁਹਾਡੇ ਕੋਲੇ ਫਰਸਟ ਕੁਐਸਚਨ ਹੈਗਾ 4 ਨੈਟਵਰਕ ਟੋਪੋਲੋਜੀਸ ਪਹਿਲੀ ਹੈਗਾ ਵਸ਼ ਟੋਪੋਲੋਜੀ ਸਟਾਰ ਟੋਪੋਲੋਜੀ ਰਿੰਗ ਟੋਪੋਲੋਜੀ ਮੈਸ਼ ਟੋਪੋਲੋਜੀ ਟਰੀ ਟੋਪੋਲੋਜੀ ਹਾਈਬ੍ਰਿਡ ਟੋਪੋਲੋਜੀ ਇਹਨਾਂ ਨੇ ਤੁਹਾਡੇ ਤੋਂ ਚਾਰ ਪੁੱਛੇ ਨੇ ਕੋਈ ਇੱਥੇ ਆਪਾਂ ਨੇ ਲਿਖੀ ਹੋਈ ਨੇ ਸੀ ਇਸ ਤਰ੍ਹਾਂ ਹੁੰਦਾਗਾ ਠੀਕ ਹੈ ਜੀ ਇਹ ਨੋਟ ਕਰ ਲੈਣ ਇਸ ਦਾ ਆਨਸ ਰਾਈਟ ਅ ਸ਼ੋਰਟ ਨੋਟ ਓਨ ਹੱਬ ਹੱਬ ਕੀ ਹੁੰਦਾ ਹੱਬ ਇੱਕ ਡਿਵਾਈਸ ਆ ਜਿਹੜੀ ਕਿ ਇੱਕ ਆਪਦੇ ਨਾਲ ਸਾਰੀਆਂ ਚੀਜ਼ਾਂ ਨੂੰ ਜੋੜ ਲੈਂਦੀ ਐ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨੇ ਜਿਵੇਂ ਕਿ ਇੱਥੇ ਡਾਇਗਰਾਮ ਦਿੱਤੀ ਹੋਈ ਆ ਇਸ ਕੌਨਸਟ ਨੂੰ ਤੁਸੀਂ ਨੇ ਪੂਰੇ ਨੂੰ ਪੜ੍ਹ ਲੈਣਾ ਠੀਕ ਹੈ ਜੇਕਰ ਤੁਹਾਨੂੰ ਇੰਗਲਿਸ਼ ਦੇ ਵਿੱਚ ਸਮਝ ਨਹੀਂ ਆ ਰਿਹਾ ਤਾਂ ਆਪਣੇ ਪਹਿਲਾ ਜਿਹੜਾ ਹੈਗਾ ਵੀਡੀਓ ਦੇ ਸਟਾਰਟਿੰਗ ਦੀ ਵਿੱਚ ਪੰਜਾਬੀ ਵਿੱਚ ਕਰਾਇਆ ਹੋਇਆ ਤਾਂ ਤੁਸੀਂ ਪੰਜਾਬੀ ਵਿੱਚ ਇਹੀ ਕੌਨਸਟ ਲਗਾ ਕੇ ਸੁਣ ਸਕਦੇ ਹੋਗੇ ਨੈਕਸਟ ਕੁਐਸਚਨ ਹੈ ਕਿ ਹਮਾਰੇ ਪਾਸ ਡਿਫਾਈਨ ਈਮੇਲ ਈਮੇਲ ਕੀ ਹੈ ਈਮੇਲ ਤੁਹਾਨੂੰ ਪਤਾ ਹੀ ਐ ਇਸ ਤੋਂ ਬਾਅਦ ਕੁਐਸਚਨ ਆਊਗਾ ਨੈਕਸਟ ਫੋਰ ਗੂਗਲ ਐਪ ਦੇ ਬਾਰੇ ਦੱਸਣਾ ਗੂਗਲ ਐਪ Gmail Google Calendar Google Map Google Doc Google Photo Google Lens ਕੋਈ ਮਰਜ਼ੀ ਹੋਰ ਵੀ ਲਿਖ ਸਕਦੇ ਹੋਗੇ ਤੁਸੀਂ ਨੈਕਸਟ ਕੁਐਸਚਨ ਆਊਗਾ ਆਪਾਂ ਆਪਣੇ ਕੋਲੇ MS Excel MS Excel ਕੀ ਹੈ ਇਸ ਦੇ ਬਾਰੇ ਆਪਣੇ ਦੱਸਣਾਗਾ ਆ ਇਹਨਾਂ ਨੇ ਡਾਇਗ੍ਰam ਦਿੱਤੀ ਹੋਈ ਆ ਡਾਇਗ੍ਰam ਬਣਾਉਣੀ ਆ ਬਣਾਇਓ ਨਹੀਂ ਬਣਾਉਣੀ ਨਾ ਬਣਾਇਓ ਪਰ ਤੁਹਾਨੂੰ ਨੰਬਰ ਜੁੜੇ ਹੈਗੇ ਨੇ ਉਹ ਮਿਲ ਜਾਣਗੇ ਨੈਕਸਟ ਕੁਐਸਚਨ ਹੈ ਆਪਣੇ ਕੋਲੇ uses of MS Excel MS Excel ਦੇ ਕੰਮ ਕੀ ਨੇ ਉਹ ਕਿੰਨਾ ਕਿੰਨਾ ਵਿੱਚ ਯੂਸ ਹੁੰਦਾ ਉਹ ਦੇਖ ਸਕਦੇ ਤੁਸੀਂ ਇਹਨਾਂ ਦੇ ਆਨਸਰ ਨੈਕਸਟ ਕੁਐਸਚਨ ਆਪਣੇ ਕੋਲੇ ਮਰਜਿੰਗ ਸੈੱਲ ਕੀ ਹੈ ਇਸ ਦੇ ਬਾਰੇ ਆਪਾਂ ਦੱਸਣਾਗਾ ਮਰਜ ਸੈਂਟਰ ਆ ਲਿਖਿਆ ਹੋਇਆਗਾ ਮਰਜ ਸੈਂਟਰ ਦੇ ਨਾਲ ਆਪਾਂ ਜਿਹੜੀਆਂ ਚੀਜ਼ਾਂ ਹੋ ਮਰਜ ਕਰ ਸਕਦੇ ਆਂਗੇ ਨੈਕਸਟ ਆਪਣੇ ਕੋਲੇ ਹੈਗਾ ਚਾਰਟ ਚਾਰਟ ਕੀ ਹੁੰਦੇ ਨੇ ਚਾਰਟ ਹੁੰਦੇ ਨੇ ਪਾਈ ਚਾਰਟ ਲਾਈਨ ਚਾਰਟ ਦਿਨਾਂ ਦੇ ਨਾਲ ਆਪਾਂ ਸਾਰਾ ਹਿਸਾਬ ਕਿਤਾਬ ਰੱਖ ਸਕਦੇ ਆਂ ਉਹ ਇਸ ਦਾ ਆਨਸਰ ਹੈ ਨੋਟ ਕਰ ਲੈਣਾ ਇਸ ਦਾ ਨੋਟ ਕਰ ਲਓ ਅਗਲਾ ਕੁਐਸਚਨ ਆਪਣੇ ਕੋਲੇ ਵੱਡੇ ਕੁਐਸਚਨ ਆ ਗਏ ਨੇ ਡਿਫਰੈਂਟ ਟਾਈਪ ਆਫ ਨੈਟਵਰਕ ਨੈਟਵਰਕ ਨੇ ਕਿੰਨੀਆਂ ਡਿਫਰੈਂਟ ਟਾਈਪਸ ਨੇਗੀਆਂ ਪੈਨ LAN, MAN, WAN ਇਟ ਡਿਫਰੈਂਟ ਟਾਈਪਸ ਨੇਗੀਆਂ ਜਿਹਨੇ ਕਿ ਨੈਟਵਰਕ ਦੀਆਂ ਨੇ ਇਹ ਨੋਟ ਕਰ ਲੈਣਾ ਅਗਲਾ ਕੁਐਸਚਨ ਇਸ ਦੇ ਵਿੱਚ ਆਪਸ਼ਨ ਦੇ ਵਿੱਚ ਆਊਗਾ ਵਾਟ ਇਜ਼ ਨੈਟਵਰਕ ਨੈਟਵਰਕ ਕੀ ਹੈ ਇਸ ਦੀਆਂ ਲਾਭ ਅਤੇ ਹਾਨੀਆਂ ਬਾਰੇ ਦੱਸੋ ਇਹ ਤੁਸੀਂ ਦੇਖ ਲੈਣਾ ਇਸ ਦਾ ਕੁਐਸਚਨ ਦਾ ਆਨਸਰ ਪੜ੍ਹ ਲਓ ਵੀਡੀਓ ਰੋਕ ਕੇ ਨੈਕਸਟ ਕੁਐਸਚਨ ਹੈਗਾ Google ਐਪ ਦੀਵਾਈਸ ਦੱਸੋ ਐਕਸਪਲੇਨ ਦੋ Google ਐਪਸ ਦੇ ਬਾਰੇ ਇਹਨਾਂ ਨੂੰ ਦੋ ਦੇ ਬਾਰੇ ਆਪਣੇ ਐਕਸਪਲੇਨ ਕਰਨਾ ਇੱਕ ਤਾਂ ਇਹ ਕੁਐਸਚਨ ਆ ਅਤੇ ਤੁਹਾਨੂੰ ਇੱਕ ਸਾਈਬਰ ਦੇ ਵਿੱਚ ਸਾਈਬਰ ਕ੍ਰਾਈਮ ਦੱਸਣਾ ਮੀਨ ਸਾਈਬਰ ਕ੍ਰਾਈਮ ਕੀ ਹੁੰਦਾ ਅਤੇ ਆਪਾਂ ਇਹਨਾਂ ਨੂੰ ਰੋਕਣ ਦੇ ਲਈ ਸਾਈਬਰ ਕ੍ਰਾਈਮ ਨੂੰ ਆਪਾਂ ਕੀ ਕੁਝ ਕਰ ਸਕਦੇ ਹਾਂ ਇਹ ਤੁਹਾਡੇ ਜਿਹੜਾ ਆਨਸਰ ਆਗਾ ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਕਰ ਸਕਦੇ ਹੋ ਠੀਕ ਹੈ ਜੀ ਵਿਦਿਆਰਥੀਓ ਇਸ ਦੇ ਨਾਲ ਤੁਹਾਡਾ ਇਹ ਪੇਪਰ ਕੰਪਲੀਟ ਹੋ ਰਿਹਾ ਜੇਕਰ ਤੁਹਾਨੂੰ ਪੇਪਰ ਨੰਬਰ 2 ਵੀ ਚਾਹੀਦਾ ਤਾਂ ਨੀਚੇ ਕਮੈਂਟ ਬਾਕਸ ਵਿੱਚ ਪੇਪਰ ਨੰਬਰ 2 ਜ਼ਰੂਰ ਲਿਖ ਦੇਣਾ ਤਾਂ ਮੈਂ ਤੁਹਾਡੇ ਨਾਲ ਪੇਪਰ ਨੰਬਰ 2 ਸ਼ੇਅਰ ਕਰ ਦੂੰਗਾ ਕਿਉਂਕਿ ਇਸ ਤਰ੍ਹਾਂ ਸਾਡੇ ਕੋਲ ਇੱਕ ਹੋਰ ਸੈਂਪਲ ਪੇਪਰ ਵੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਜੇਕਰ ਤੁਸੀਂ ਕਹੋਗੇ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਿਆ ਹੋਊਗਾ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਵਾਟਸਐਪ ਗਰੁੱਪ ਨੂੰ ਜੁਆਇਨ ਜ਼ਰੂਰ ਕਰ ਲੈਣ ਜਿਸ ਤੋਂ ਤੁਹਾਨੂੰ ਹਰੇਕ ਪੀਡੀਐਫ ਮਿਲ ਜੂਗੀ ਅਤੇ ਆਪਣੀਆਂ ਜਿਹੜੀਆਂ ਇਨਫੋਰਮੇਟਿਵ ਕੰਟੈਂਟ ਹੁੰਦਾਗਾ ਇਨਫੋਰਮੇਟਿਵ ਨੋਟਿਸ ਹੁੰਦੇ ਨੇਗੇ ਪੰਜਾਬ ਬੋਰਡ ਦੇ ਨੋਟਿਸ ਹੁੰਦੇ ਨੇ ਸਾਰੇ ਤੁਹਾਨੂੰ ਆਪਣੇ ਗਰੁੱਪਸੇ ਮਿਲ ਜਾਣਗੇ ਸਾਰੇ ਗਰੁੱਪਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦਿੱਤਾ ਹੋਇਆਗਾ ਸਾਰਿਆਂ ਨੂੰ ਜਾ ਕੇ ਜੁਆਇਨ ਕਰ ਲਓ ਅਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਤਕਲੀ ਧੰਨਵਾਦ